ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹੈਗੇ ਹਾਂ ਸਿੱਖੀ ਟਕਰਾਲ ਹੋਸਪਿਟਲ, ਜਿਹੜਾ ਕਿ ਮਖੂ ਦਾ ਇੱਕ ਬੈਸਟ ਹੋਸਪਿਟਲ ਰਾਮਪਾਲ ਟਕਰਾਲ ਦੀ ਯਾਦਗਾਰ ਦੇ ਵਿੱਚ ਬਣਿਆ ਹੋਇਆ ਹੈ। ਔਰ ਡਾਕਟਰ ਸਾਹਿਬ ਜਿਹੜੇ ਕਿ ਖੁਦ ਬਹੁਤ ਹੀ ਵਧੀਆ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਮੀਡੀਆ ਦੇ ਨਾਲ ਜੁੜੇ ਰਹੇ ਔਰ ਫਿਲਮਾਂ ਵੀ ਕੀਤੀਆਂ, ਔਰ ਅਸੀਂ ਚਾਹਵਾਂਗੇ ਅਸੀਂ ਡਾਕਟਰ ਸਾਹਿਬ ਖੁਦ ਹੀ ਜਿਹੜੀ ਹੈਗੀ ਹੈ ਇਸ ਅੱਜ ਵਾਲੇ ਜਿਹੜੇ ਸ਼ੋਅ ਦੀ ਬਾਕੀ ਐਂਕਰਿੰਗ ਆ ਜਿਹੜੀ ਡਾਕਟਰ ਸਾਹਿਬ ਖੁਦ ਹੀ ਕਰਨ। ਡਾਕਟਰ ਸਾਹਿਬ ਥੈਂਕ ਯੂ ਸਰ, ਮੈਂ ਨਾਲ ਜੀ ਡਾਕਟਰ ਸਤੀਸ਼ ਟਕਰਾਲ ਮਖੂ ਦਾ ਹੀ ਰਹਿਣ ਵਾਲਾ ਜੀ। ਤਕਰੀਬਨ 20 ਸਾਲ ਤੋਂ ਮੈਡੀਕਲ ਪ੍ਰੋਫੈਸ਼ਨ ਨਾਲ ਜੁੜਿਆ ਹੋਇਆ ਹਾਂ। ਸਾਹਿਤ ਮੇਰੇ ਰਗ ਰਗ 'ਚ ਵੱਸਦਾ, ਸਾਹਿਤ ਸਿਨੇਮਾ ਦਾ ਮੈਂ ਮਰੀਜ਼ ਹਾਂ। ਪਰ ਇਹ ਮੇਰਾ ਹੋਸਪਿਟਲ ਮੇਰੇ ਵਾਈਫ ਡਾਕਟਰ ਸੁਨੀਤਾ ਟਕਰਾਲ ਔਰ ਮੈਂ ਇਹਨੂੰ ਮਿਲ ਕੇ ਚਲਾ ਰਹੇ ਹਾਂ ਜੀ। ਆਓ ਤੁਹਾਨੂੰ ਆਪਣੇ ਛੋਟੇ ਜਿਹੇ ਗਰੀਬ ਖਾਣੇ ਝਲਕ ਦੇਈਏ। ਇਹ ਸਾਡੀ ਵੇਟਿੰਗ ਹੈ ਜੀ। ਹੋਸਪਿਟਲ ਦਾ ਇਨਾਗੂਰੇਸ਼ਨ 1 ਅਪ੍ਰੈਲ 2018 ਨੂੰ ਪਦਮ ਸ਼੍ਰੀ ਵਿਜੇ ਚੋਪੜਾ ਜੀ ਨੇ ਕੀਤਾ ਸੀ ਜੀ। ਹਿੰਦ ਸਮਾਚਾਰ ਗਰੁੱਪ ਆਫ ਨਿਊਜ਼ ਪੇਪਰ ਦੇ ਜਿਹੜੇ ਐਡੀਟਰ ਇਨ ਚੀਫ ਹੈ ਉਹਦੇ ਨਾਲ, ਹੋਰ ਪਾਲੀ ਭੁਪਿੰਦਰ ਜੀ ਸਾਡੇ ਫਿਲਮ ਡਾਇਰੈਕਟਰ, ਨਿਰਮਲ ਜੌੜਾ ਜੀ ਸਾਡੇ ਸਾਹਿਤਕਾਰ, ਔਰ ਪੰਜਾਬ ਦੇ ਕਈ ਸਾਹਿਤਕ ਹਸਤੀਆਂ ਸ਼ਾਮਿਲ ਸਨ। ਸਾਡਾ ਰਿਸੈਪਸ਼ਨ ਏਰੀਆ, ਮੇਰੇ ਰਿਸੈਪਸ਼ਨਿਸਟ ਹੈ, ਬੜੀ ਸਹੀ ਲੜਕੀ ਹੈ ਔਰ ਆਪਣੇ ਕੰਮ ਨੂੰ ਬੜੀ ਬਖੂਬੀ ਨਿਭਾ ਰਹੀ ਹੈ। ਥੈਂਕ ਯੂ ਵੈਰੀ ਮੱਚ। ਸਾਡਾ ਪੇਸ਼ੈਂਟ ਦਾ ਵੇਟਿੰਗ ਏਰੀਆ ਜੀ, ਹੋਸਪਿਟਲ 'ਚ ਸਾਡੀ ਪਹਿਲੀ ਓਪੀਡੀ ਹੈ। ਇਹ ਸਾਡੀ ਪਹਿਲੀ ਓਪੀਡੀ ਇਹਦੇ 'ਚ ਮੈਂ ਬੈਠਦਾ। ਇਹ ਸਾਡੀ ਸੈਕਿੰਡ ਓਪੀਡੀ ਹੈ, ਮੇਰੇ ਵਾਈਫ ਡਾਕਟਰ ਸੁਨੀਤਾ ਟਕਰਾਲ ਮਖੂ ਦੇ ਸੀਨੀਅਰ ਗਾਇਨੇਕੋਲੋਜਿਸਟ ਹੈ। ਬਾਏ ਕੁਆਲੀਫਿਕੇਸ਼ਨ ਵੀ ਬੋਥ ਆਰ BAMS, ਪੰਜਾਬ ਤੋਂ BAMS ਕੀਤੀ ਹੈ ਔਰ ਪਿਛਲੇ 20 ਸਾਲਾਂ ਤੋਂ ਅਸੀਂ ਦੋਨੇ ਜਣੇ ਹੀ ਮੈਡੀਕਲ ਕਿੱਤੇ ਨੂੰ ਅਪਣਾਏ ਹੋਏ ਹਨ। ਇਹ ਸਾਡੀ ਡਿਸਪੈਂਸਰੀ ਹੈ, ਮੇਰਾ ਸਟਾਫ ਹੈ ਸੁਮਨ, ਨਵਜੋਤ, ਇੱਕ ਸਤਵੰਤ ਮੇਰੇ ਸੀਨੀਅਰ ਸਟਾਫ ਹੈ, ਅੱਜ ਬਾਈ ਚਾਂਸ ਛੁੱਟੀ 'ਤੇ ਲਾਈ ਡਿਊਟੀ ਕਰਕੇ ਗਏ ਸੀ। ਅਸੀਂ ਇੱਥੇ ਹਰਬਲ ਆਯੁਰਵੈਦਿਕ ਮੈਡੀਸਨ ਪਲੱਸ ਐਲੋਪੈਥਿਕ ਮੈਡੀਸਨ ਦੋਨਾਂ ਨਾਲ ਹੀ ਇੰਟੈਗਰੇਟਡ ਮੈਥਡ ਨਾਲ ਟ੍ਰੀਟ ਕਰਦੇ ਹਾਂ ਪੇਸ਼ੈਂਟਸ ਨੂੰ। ਇਹ ਸਾਡਾ ਐਮਰਜੈਂਸੀ ਕਮ ICU ਹੈ, ਜਿਹਦੇ 'ਚ ਅਸੀਂ ECG, ਆਕਸੀਜਨ, ਆਕਸੀਮੀਟਰ, ਮਲਟੀ ਪੈਰਾਮੀਟਰ ਦੀ ਫੈਸਿਲਿਟੀ ਸਾਡੇ ਕੋਲ ਹੈ, ਨੈਬਲਾਈਜ਼ਰ ਸੈਕਸ਼ਨ। ਸਾਡੇ ਹੋਸਪਿਟਲ 'ਚ ਕੁਆਲੀਫਾਈਡ ਪੈਡੀਟੀਸ਼ੀਅਨ ਹਰ ਮੰਗਲਵਾਰ ਆਉਂਦੇ ਨੇ। ਇਸ ਤੋਂ ਅੱਗੇ ਸਾਡੇ 2 ਵਾਰਡ ਹੈ, ਇੱਕ ਮੇਲ ਵਾਰਡ ਹੈ, 5 ਬੈੱਡ ਦਾ ਇਹ ਮੇਲ ਵਾਰਡ ਹੈ। ਇਹ ਮੇਰੇ ਇੱਕ ਮਿੱਤਰ ਸੀ, ਮੇਰੇ ਦੋਸਤ ਸੀ ਬਲਵਿੰਦਰ ਪਟਵਾਰੀ ਜੀ, ਉਹਨਾਂ ਦੀ ਯਾਦ 'ਚ ਮੈਂ ਬਣਾਇਆ। ਉਹ ਬਾਈ ਚਾਂਸ DMC ਸੋਗਵਾਸ ਹੋ ਗਏ ਸਨ। ਮੇਰੇ ਵਾਈਫ ਡਾਕਟਰ ਸੁਨੀਤਾ ਟਕਰਾਲ ਜੀ ਲੁੱਕ ਆਫਟਰ ਕਰਦੇ ਆ। ਉਦਘਾਟਨ ਵਾਲੇ ਦਿਨ ਮੈਂ ਨਾ ਚੀਜ਼ ਤਾਂ ਇਸ ਲਾਇਕ ਨਹੀਂ, ਪਰ ਜਿਵੇਂ ਪੰਜਾਬ ਦੀਆਂ ਕਈ ਮੌਜੂਦ ਸ਼ਖਸੀਅਤਾਂ ਨੇ ਮੈਨੂੰ ਮਾਣ ਸਨਮਾਨ ਦਿੱਤਾ, ਉਹ ਮੇਰੇ ਰੋਮ ਰੋਮ 'ਚ ਵੱਸ ਗਿਆ। ਮੈਂ ਤਹਿ ਦਿਲੋਂ ਮਸ਼ਹੂਰ ਹਾਂ ਨਾ ਸਾਰੀਆਂ ਸ਼ਖਸੀਅਤਾਂ ਦਾ, ਜਿਹਨੇ 'ਚ ਪਦਮ ਸ਼੍ਰੀ ਵਿਜੇ ਚੋਪੜਾ ਜੀ, ਮੈਡਮ ਨਵਜੋਤ ਕੌਰ ਸਿੱਧੂ ਜੀ ਦਾ ਬੜਾ ਸਪੈਸ਼ਲ ਅਸ਼ੀਰਵਾਦ ਸੀ, ਸਾਡੇ MLA ਕੁਲਵੀਰ ਸਿੰਘ ਜੀਰਾ ਜੀ ਦੇ ਪਿਤਾ ਜੀ ਜਥੇਦਾਰ ਇੰਦਰਜੀਤ ਸਿੰਘ ਜੀਰਾ ਜੀ, ਪੰਜਾਬ ਦੇ ਮਸ਼ਹੂਰ ਨਿਊਰੋ ਸਰਜਨ ਡਾਕਟਰ ਦੁਸ਼ਯੰਤ ਥੰਮਨ ਜੀ, ਪੰਜਾਬ ਦੇ ਮਸ਼ਹੂਰ ਨਿਊਨੈਟੋਲੋਜਿਸਟ ਡਾਕਟਰ ਰਵੀ ਬਾਂਸਲ ਜੀ, ਔਰ ਜਲੰਧਰ ਦੇ ਬੜੇ ਨਾਮਵਰ ਗੈਸਟਰੈਂਟੋਲੋਜਿਸਟ ਡਾਕਟਰ ਅਮਿਤ ਸਿੰਘਲ ਜੀ, ਪੰਜਾਬ ਦੇ ਨਾਮਵਰ ਡਾਇਰੈਕਟਰ ਔਰ ਰਾਈਟਰ ਸ਼੍ਰੀ ਪਾਲੀ ਭੁਪਿੰਦਰ ਜੀ, ਐਂਕਰ ਨਿਰਮਲ ਜੌੜਾ ਜੀ, ਔਰ ਇਸ ਤੋਂ ਇਲਾਵਾ ਕਈ ਸਾਹਿਤਕਾਰ, ਜਰਨਲਿਸਟ, ਅਦਬੀ ਸ਼ਖਸੀਅਤਾਂ ਪੰਜਾਬ ਤੋਂ ਪਹੁੰਚੀਆਂ ਸਨ। ਮੇਰੇ ਲਈ ਉਹ ਬੜੇ ਮਾਣ ਵਾਲੀ ਗੱਲ ਸੀ, ਛੋਟੇ ਸ਼ਹਿਰ 'ਚ ਵੱਸਦਾ, ਛੋਟਾ ਜਿਹਾ ਹੀ ਬੰਦਾ ਮੈਂ, ਅਤੇ ਇੰਨੇ ਵੱਡੇ ਲੋਕ ਆ ਗਏ ਕਿ ਮੈਂ ਅੱਜ ਤੱਕ ਵੀ ਉਸ ਦਿਨ ਨੂੰ ਮੇਰੇ ਅੰਦਰ ਵੱਸ ਗਿਆ। ਮੇਰੀ ਜ਼ਿੰਮੇਵਾਰੀ ਉਦੋਂ ਤੋਂ ਵੱਧ ਗਈ ਹੈ ਮੇਰੇ ਅਤੇ ਮੇਰੇ ਪਰਿਵਾਰ ਦੀ, ਕਿ ਅਸੀਂ ਤਹਿ ਦਿਲੋਂ ਹੋਰ ਲੋਕਾਂ ਦੀ ਸੇਵਾ ਕਰੀਏ, ਤਾਂ ਕਿ ਜਿਹੜਾ ਮਾੜਾ ਮੋਟਾ ਪਰਮਾਤਮਾ ਨੇ ਸਾਨੂੰ ਇੱਕ ਛੋਟੇ ਜਿਹੇ ਕਲੀਨਿਕ ਤੋਂ ਅਸੀਂ ਕਨਵਰਟ ਹੋਏ ਹੋਸਪਿਟਲ ਵਿੱਚ, ਉਹਦਾ ਨਾਮ ਅਗਾਂਹ ਜਿਉਂਦਾ ਰਹੇ, ਉਹਦੀ ਕੋਸ਼ਿਸ਼ ਕਰ ਰਹੇ, ਉਹਦਾ ਉਪਰਾਲਾ ਕਰ ਰਹੇ ਹਾਂ ਜੀ। ਆਓ ਅੱਗੇ ਚੱਲਦੇ ਹਾਂ। ਮਖੂ ਦੇ ਰੇਲਵੇ ਰੋਡ 'ਤੇ ਸਥਿਤ ਹੈ ਜੀ, ਬਿਲਕੁਲ ਨੇੜੇ ਹੈ ਰੇਲਵੇ ਸਟੇਸ਼ਨ ਮਖੂ ਦੇ, ਔਰ ਵਾਕਿੰਗ ਡਿਸਟੈਂਸ ਹੈ ਬੱਸ ਅੱਡੇ ਤੋਂ। ਤੁਸੀਂ ਕਹਿ ਸਕਦੇ ਹੋ ਕਿ ਬੱਸ ਅੱਡੇ ਤੋਂ ਜਦੋਂ ਆਪਾਂ ਰੇਲਵੇ ਸਟੇਸ਼ਨ ਨੂੰ ਜਾਂਦੇ ਹਾਂ ਤਾਂ ਰੇਲਵੇ ਸਟੇਸ਼ਨ ਦੇ ਨਾਲ ਵਾਲੇ ਹੱਥ ਹੀ ਆਉਂਦਾ ਜੀ। 20 ਬੈੱਡਡ ਹੋਸਪਿਟਲ ਹੈ,
ਔਰ ਇਲਾਕੇ ਦੇ ਸਹਿਯੋਗ ਨਾਲ ਬਣਿਆ, ਇਲਾਕੇ ਦੀ ਸੇਵਾ ਲਈ ਬਣਿਆ। ਲੈਬੋਰਟਰੀ ਹੈ ਸਾਡੇ ਕੋਲ ਜੀ, ਇੱਥੇ ਸਾਡੇ ਬੜੇ ਕਾਬਿਲ ਐਲ ਟੀ ਲੈਬੋਰਟਰੀ ਟੈਕਨੀਸ਼ੀਅਨ ਜੀ ਜਿਹੜੀ ਆਪਣੀ ਸੇਵਾਵਾਂ ਨਿਭਾ ਰਹੇ ਨੇ। ਸਾਡੇ ਕੋਲ ਲੇਬਰ ਰੂਮਸ ਹੈਗੇ ਆ, ਪਹਿਲਾ ਪੰਚਕਰਮਾ ਸੈਂਟਰ ਹੋਏਗਾ ਜਿੱਥੇ ਅਸੀਂ ਹਰਬਲ ਮੈਡੀਸਨ ਨਾਲ ਲੋਕਾਂ ਦਾ ਟ੍ਰੀਟਮੈਂਟ ਕਰਾਂਗੇ। ਆਪਣੇ ਵੱਲੋਂ ਔਰ ਮੇਰੇ ਸਟਾਫ ਵੱਲੋਂ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਮਰੀਜ਼ਾਂ ਨੂੰ ਸਸਤਾ ਅਤੇ ਦਰੁਸਤ ਇਲਾਜ ਦਿੱਤਾ ਜਾਵੇ। ਕੋਈ ਫਾਲਤੂ ਬੈੱਡ ਚਾਰਜ ਨਹੀਂ, ਕੋਈ ਫਾਲਤੂ ਨਰਸਿੰਗ ਕੇਅਰ ਨਹੀਂ, ਕੋਈ ਫਾਲਤੂ ਰੂਮ ਚਾਰਜ ਨਹੀਂ ਲਏ ਜਾ ਰਹੇ। ਮੈਡੀਸਨ ਦਾ ਖਰਚਾ ਹੈ ਪਲੱਸ ਜੋ ਜ਼ਰੂਰਤ ਹੁੰਦੀ ਹੈ ਪੇਸ਼ੈਂਟ ਨੂੰ ਮੈਡੀਸਨ ਦੀ। ਸੋ ਇੰਨਾ ਕੁ ਉਪਰਾਲਾ ਹੈ, ਇੰਨੀ ਕੁ ਕੋਸ਼ਿਸ਼ ਹੈ ਔਰ ਦਾਤੇ ਦੀ ਕਿਰਪਾ ਵੀ ਹੈ ਕਿ ਪੇਸ਼ੈਂਟ ਦੂਰੋਂ ਦੂਰੋਂ ਆ ਰਹੇ ਨੇ। ਅਸੀਂ ਆਪਣੇ ਮੂੰਹੋਂ ਕੀ ਕਹਿਣਾ, ਕੋਈ ਸਾਡੀ ਫਾਲਤੂ ਐਡ ਨਹੀਂ ਹੋ ਰਹੀਗੀ। ਬਸ ਪਬਲਿਸਿਟੀ ਜਿਹੜੀ ਮਾਊਥ ਟੂ ਮਾਊਥ ਹੈ, ਜਿਹੜੀ ਲੋਕ ਹੀ ਜਾ ਕੇ ਲੋਕਾਂ ਨੂੰ ਦੱਸ ਰਹੇ ਆ, ਉਹਨਾਂ ਦੀ ਬਦੌਲਤ ਇਹ ਹਸਪਤਾਲ ਚੱਲ ਰਿਹਾ। ਮੈਂ ਆਪਣੇ ਵੱਲੋਂ, ਆਪਣੇ ਸਟਾਫ ਵੱਲੋਂ, ਆਪਣੇ ਪਰਿਵਾਰ ਵੱਲੋਂ ਇਸ ਇਲਾਕੇ ਦਾ ਕੋਟਨ ਕੋਟ ਧੰਨਵਾਦ ਕਰਦਾ ਹੋਇਆ, ਮੇਰਾ ਰੋਮ ਰੋਮ ਰਿਣੀ ਹੈ ਕਿ ਜਿਨ੍ਹਾਂ ਨੇ ਸਾਨੂੰ ਇਹ ਮਾਣ ਬਖਸ਼ਿਆ। ਇਲਾਕੇ ਦੀ ਬਦੌਲਤ ਹੀ ਅਸੀਂ ਹੋਸਪਿਟਲ 'ਚ ਕਨਵਰਟ ਹੋਏ ਹਾਂ ਔਰ ਇਹ ਵਾਅਦਾ ਕਰਦੇ ਹਾਂ, ਇਹ ਭਰੋਸਾ ਦਿੰਦੇ ਹਾਂ, ਯਕੀਨ ਦਿਵਾਉਂਦੇ ਹਾਂ ਕਿ ਅਸੀਂ ਤਨ ਮਨ ਧਨ ਨਾਲ ਸੇਵਾ ਹੀ ਕਰਾਂਗੇ। ਹੋਸਪਿਟਲ ਤਰੱਕੀ ਕਰਦਾ ਜਾਏਗਾ, ਉਹ ਲੋਕਾਂ ਦੇ ਸਹਿਯੋਗ ਨਾਲ ਹੋਣਾ ਹੈ, ਪਰ ਅਸੀਂ ਇਹਨੂੰ ਪੈਸੇ ਬਣਾਉਣ ਦਾ ਜ਼ਰੀਆ ਜਾਂ ਕੋਈ ਮਨੀ ਮੇਕਿੰਗ ਮਸ਼ੀਨ ਨਹੀਂ ਬਣਾਵਾਂਗੇ। ਅਸੀਂ ਭਰੋਸਾ ਦਿੰਦੇ ਹਾਂ, ਤੁਸੀਂ ਜਦੋਂ ਵੀ ਆ ਕੇ ਵੇਖੋਗੇ ਤੁਹਾਨੂੰ ਸਾਨੂੰ ਇਸ ਤਰ੍ਹਾਂ ਹੀ ਵੇਖੋਗੇ ਸੇਵਾ ਕਰਦੇ ਹੀ। ਸੋ ਇੰਨਾ ਹੀ ਮੈਂ ਕਹਿੰਦਾ ਹਾਂ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਫਿਰ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇਸ ਲਾਇਕ ਸਮਝਿਆ। ਇੱਕ ਛੋਟੇ ਸ਼ਹਿਰ 'ਚ ਅਸੀਂ ਬੈਠੇ ਹਾਂ, ਸਾਨੂੰ ਕਿਵੇਂ ਲੱਭ ਲਿਆ ਸਾਨੂੰ ਨਹੀਂ ਪਤਾ, ਅੱਜ ਅਚਾਨਕ ਆ ਗਏ ਦੱਸੇ ਬਿਨਾਂ, ਔਰ ਸਾਡੀ ਇੱਜ਼ਤ ਰਹਿ ਗਈ ਕਿ ਸਾਡੇ ਕੋਲ ਪੇਸ਼ੈਂਟ ਬੈਠੇ ਆ ਅਤੇ ਸਾਡਾ ਇੱਕ ਮਾਣ ਰਹਿ ਗਿਆ। ਮੈਂ ਇਸ ਚੈਨਲ ਦਾ ਕੋਟਨ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਲਾਇਕ ਸਮਝਿਆ ਅਤੇ ਆਪਣੇ ਚੈਨਲ 'ਤੇ ਸਾਨੂੰ ਆਉਣ ਦਾ ਮੌਕਾ ਦਿੱਤਾ। ਥੈਂਕ ਯੂ ਵੈਰੀ ਮੱਚ। ਤੁਸੀਂ ਇੱਥੇ ਟੁਕਰਾਲ ਹੋਸਪਿਟਲ 'ਚ ਆਏ ਹੋ, ਕੀ ਕਹਿਣਾ ਚਾਹੋਗੇ ਟੁਕਰਾਲ ਹੋਸਪਿਟਲ ਬਾਰੇ? ਡਾਕਟਰ ਸਾਹਿਬ ਬਹੁਤ ਵਧੀਆ ਸਾਨੂੰ ਠੀਕ ਕਰਦੇ ਆ, ਬੱਚੇ ਸਾਡੇ ਨੇ ਉੱਥੋਂ ਫਰਕ ਪੈਂਦਾ ਵਾ, ਡਾਕਟਰ ਸਾਹਿਬ ਦਾ ਟ੍ਰੀਟਮੈਂਟ ਬਹੁਤ ਵਧੀਆ, ਸਾਨੂੰ ਯਕੀਨ ਮੈਂ ਕੁਛ ਬੈਸਟ ਡਾਕਟਰ ਦਾ ਹੋਰ। ਹਾਂ ਜੀ, ਕਿੱਦਾਂ ਤੁਹਾਨੂੰ ਲੱਗ ਰਿਹਾ ਜਦੋਂ ਤੁਸੀਂ ਆਉਂਦੇ ਹੋ ਔਰ ਸੋਲੂਸ਼ਨ ਆ ਜਿਹੜਾ, ਕਿਉਂਕਿ ਜਦੋਂ ਆਪਣਾ ਡਾਕਟਰ ਆਪਣੇ ਮਰੀਜ਼ ਨੂੰ ਸਹੀ ਕਰ ਦਿੰਦਾ ਤਾਂ ਮਨ ਬੜਾ ਖੁਸ਼ ਹੁੰਦਾ, ਔਰ ਉਹਦੇ ਨਾਲ ਨਾਲ ਜਿਹੜੇ ਅੱਖਾਂ ਦੇ ਨਾਲ ਸਹੀ ਕਰਨਾ, ਉਹ ਬੰਦੇ ਦੀ ਇੱਕ ਪੋਜ਼ਿਟਿਵ ਐਨਰਜੀ ਹੈਗੀ, ਕੀ ਕਹਿੰਦੇ? ਐਨਰਜੀ ਤਾਂ ਬਹੁਤ ਹੈਗੀ ਹੈ, ਸਾਨੂੰ ਸਭ ਤੋਂ ਵੱਡਾ ਵਾਧਾ ਇਹ ਆ ਵੀ ਮਕੂ ਦੇ ਵਿੱਚ ਛੋਟੇ ਕਸਬੇ ਦੇ ਵਿੱਚ ਆ ਕੇ ਬੈਠੇ। ਟੁਕਰਾਲ ਹੋਸਪਿਟਲ 'ਚ ਤੁਸੀਂ ਆਏ ਹੋਏ ਹੋ, ਕੀ ਪ੍ਰੋਬਲਮ ਸੀਗੀ ਬੱਚੇ ਨੂੰ ਔਰ ਕੀ ਕਹਿਣਾ ਚਾਹੋਗੇ? ਸਰ ਰਾਤੀ ਇਹ ਆਕਸੀਜਨ ਦੀ ਕਮੀ ਹੋ ਗਈ ਸੀ ਇਹਨੂੰ ਕਾਫੀ, ਅਤੇ ਕਾਫੀ ਸੀਰੀਅਸ ਸੀਗਾ, ਅਤੇ ਜਿਸ ਕਰਕੇ ਫਿਰ ਅਸੀਂ ਇਹਨਾਂ ਨੂੰ ਹੋਸਪਿਟਲ ਸ਼ਿਫਟ ਕਰਨਾ ਪਿਆ। ਸੋ ਡਾਕਟਰ ਸਾਹਿਬ ਨੇ ਸਾਡਾ ਬਹੁਤ ਵਧੀਆ ਟ੍ਰੀਟਮੈਂਟ ਕੀਤਾ, ਅਸੀਂ ਇਸ ਚੀਜ਼ ਤੋਂ ਬਹੁਤ ਸੈਟਿਸਫਾਈ ਹਾਂ ਕਿ ਸਰ ਨੇ ਸਾਡਾ ਬਹੁਤ ਵਧੀਆ ਟ੍ਰੀਟਮੈਂਟ ਕੀਤਾ, ਬਹੁਤ ਵਧੀਆ ਅਟੈਂਡ ਕੀਤਾ ਸਰ। ਅਤੇ ਹੁਣ ਕਿੱਦਾਂ ਲੱਗ ਰਿਹਾ, ਜਿਸ ਤਰੀਕੇ ਨਾਲ ਫੇਸ ਟ੍ਰੈਕਿੰਗ ਹੁਣ ਥੋੜ੍ਹਾ ਜਿਹਾ ਲਾਈਟ ਲੱਗ ਰਿਹਾ ਇਹਦਾ ਔਰ ਠੀਕ ਲੱਗ ਰਿਹਾ, ਕਿਵੇਂ ਤੁਹਾਨੂੰ ਲੱਗ ਰਿਹਾ? ਬਹੁਤ ਵਧੀਆ ਫੀਲ ਕਰ ਰਿਹਾ ਕਰਨ ਨਾਲ ਵੈਸੇ, ਅਤੇ ਬਾਕੀ ਅੱਗੇ ਨਾਲ ਤਾਂ ਠੀਕ ਆ, ਹੁਣ ਥੋੜ੍ਹਾ ਬਹੁਤਾ ਹੋਰ ਡਾਕਟਰ ਸਾਹਿਬ ਵੇਖਣਗੇ, ਮੈਡੀਸਨ ਦੇਣਗੇ। ਡਾਕਟਰ ਸਤੀ ਜੀ, ਤੁਹਾਡਾ ਕਲਾਕਾਰੀ ਤੋਂ ਡਾਕਟਰ ਦਾ ਸਫ਼ਰ ਕਿੱਦਾਂ, ਤੁਸੀਂ ਆਪਣੇ ਆਪ ਨੂੰ ਇੱਕ ਸਫਲ ਡਾਕਟਰ ਦੇ ਰੂਪ ਦੇ ਵਿੱਚ ਵੀ ਪਹਿਲਾਂ ਇੱਕ ਸਫਲ ਕਲਾਕਾਰ ਦੇ ਰੂਪ ਦੇ ਵਿੱਚ ਅਡਾਪਟ ਕੀਤਾ? ਸਫਲ ਹਾਂ ਜਾਂ ਨਹੀਂ ਇਹ ਤਾਂ ਚਲੋ ਜਨਤਾ ਹੀ ਦੱਸ ਸਕਦੀ ਹੈ ਜੀ। ਮੇਰਾ ਤਾਂ ਕੰਮ ਹੈ ਕਰਮ ਕਰਨਾ। ਡਾਕਟਰ ਦੀ ਡਿਗਰੀ ਲਈ ਸੀ ਅਤੇ ਡਾਕਟਰੀ ਕਰ ਰਹੇ ਸੀ, ਪਰ ਨਾਲ ਨਾਲ ਸਾਹਿਤ ਨਾਲ ਜੁੜ ਗਿਆ। ਸਾਹਿਤ ਨੇ ਡਾਕਟਰੀ ਨੂੰ ਨਿਖਾਰਨ 'ਚ ਬਹੁਤ ਵੱਡਾ ਰੋਲ ਅਦਾ ਕੀਤਾ। ਸਾਹਿਤ ਨੇ ਨਿੱਠ ਕੇ ਬਹਿਣਾ ਸਿਖਾਇਆ, ਸਾਹਿਤ ਨੇ ਸਿਰਜਣਾਤਮਕ ਪਲਾਂ ਵਿੱਚ ਸਾਨੂੰ ਸਿਰਜਣਾ ਦਾ ਮਤਲਬ ਸਮਝਾਇਆ।
ਅਤੇ ਮੈਂ ਸਮਝਦਾ ਵੀ ਦੋਨੇ ਇੱਕ ਦੂਜੇ ਦੇ ਪੂਰਕ ਹੈ, ਦੋਨਾਂ ਨੇ ਮੇਰੀ ਲਾਈਫ ਨੂੰ ਅੱਗੇ ਵਧਾਉਣ 'ਚ ਬੜੀ ਹੈਲਪ ਕੀਤੀ ਹੈ, ਅਤੇ ਮੈਂ ਤਾਂ ਦੋਨਾਂ ਦਾ ਹੀ ਮਸ਼ਹੂਰ ਹਾਂ। ਆਪਣੀ ਆਪਣੀ ਥਾਵੇਂ ਦੋਵੇਂ ਅਲੱਗ ਅਲੱਗ ਲਾਈਨ ਆ, ਲੇਕਿਨ ਮਾਲਕ ਦੀ ਕਿਰਪਾ ਕਿ ਦੋਨੇ ਨਿਭਾਏ ਜਾ ਰਹੇ ਨੇ। ਡਾਕਟਰ ਠੁਕਰਾਲ ਹੋਸਪਿਟਲ ਜਿਹੜਾ ਕਿ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ, ਜਿੱਦਾਂ ਛੋਟਾ ਬੱਚਾ, ਲੇਕਿਨ ਇਹਨੇ ਮਤਲਬ ਜਿਵੇਂ ਵੱਡੇ ਬੱਚੇ ਹੋਏ ਹੋਏ ਹੁੰਦੇ ਆ ਪਹਿਲਾਂ ਪਲ ਕੇ, ਉਹਦਾ ਰੂਪ ਜਿਹੜਾ ਧਾਰਨ ਕੀਤਾ ਹੋਇਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੱਖੂ ਦਾ ਮੈਂ ਜੰਮਪਲ ਹੈ ਅਤੇ ਇਹ ਮਾਣ ਹੈ ਮੈਨੂੰ ਕਿ ਮੱਖੂ ਦੇ 200 ਸਾਲਾਂ ਇਤਿਹਾਸ ਵਿੱਚ ਸਭ ਤੋਂ ਪਹਿਲਾ ਡਿਗਰੀ ਹੋਲਡਰ ਡਾਕਟਰ ਮੈਂ ਹੀ ਬਣਿਆ। ਜਿਹੜੇ ਲੋਕ ਅਸੀਂ ਜਨਰਲ ਕੈਟਾਗਰੀ ਨਾਲ ਹੁੰਦੇ ਹਾਂ, ਤੁਹਾਨੂੰ ਸਭ ਨੂੰ ਪਤਾ ਵੀ ਇਹਦੇ 'ਚ ਬੜੀ ਮਿਹਨਤ ਹੈ। ਚਲੋ ਅਸੀਂ ਜਿਵੇਂ ਵੀ ਪੜ੍ਹੇ ਲਿਖੇ, ਹੁਣ ਉਹ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਥੋੜ੍ਹੇ ਸਾਲਾਂ 'ਚ, ਇਹਦੇ 'ਚ ਅੱਜ ਜਿਹੜੀ ਚੀਜ਼ ਨਜ਼ਰ ਆ ਰਹੀ ਹੈ, ਇਹਦੇ ਪਿੱਛੇ ਮੇਰੇ 20 ਸਾਲ ਦਾ ਸੰਘਰਸ਼ ਹੈ। ਮੈਂ 20 ਸਾਲ ਡਾਕਟਰੀ ਕਿੱਤੇ ਨੂੰ ਬਣਾਇਆ ਰਿਹਾ, ਉਹਨੇ ਇਸ ਜਿਹੜੇ ਛੋਟੇ ਜਿਹੇ ਬੂਟੇ ਨੂੰ ਇੱਕ ਬਿਰਖ ਦਾ ਰੂਪ ਦਿੱਤਾ, ਮੈਂ ਬਿਰਖ ਕਹਾਂਗਾ, ਜਿਹਦੀਆਂ ਅਸੀਂ ਹੁਣ ਮਾੜੀ ਮੋਟੀ ਸ਼ਾਮ ਮਾਣ ਰਹੇ ਹਾਂ। ਇਹ ਮੱਖੂ ਦੇ ਲੋਕਾਂ ਦਾ ਸਹਿਯੋਗ ਹੈ, ਮੱਖੂ ਦੇ ਲੋਕਾਂ ਦਾ ਪਿਆਰ ਹੈ, ਇਸ ਇਲਾਕੇ ਦੇ ਲੋਕਾਂ ਦਾ ਪਿਆਰ ਹੈ, ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਜਿਤਾਇਆ। ਨਹੀਂ ਤਾਂ ਡਾਕਟਰ ਹੋਰ ਬਹੁਤ ਹੈਗੇ ਹੈ, ਮਤਲਬ ਬਹੁਤ ਕਾਮਯਾਬ ਡਾਕਟਰ ਹੈ, ਮੇਰੇ ਤੋਂ ਚੰਗੇ ਡਾਕਟਰ ਹੈ, ਮੇਰੇ ਤੋਂ ਐਜੂਕੇਟਡ ਡਾਕਟਰ ਜ਼ਿਆਦਾ ਹੈਗੇ ਹੈ। ਪਰ ਜਿਹੜਾ ਪਿਆਰ ਲੋਕਾਂ ਨੇ ਮੈਨੂੰ ਦਿੱਤਾ, ਜਿੰਨਾ ਕੁ ਦਿੱਤਾ, ਉਹਦਾ ਅੱਜ ਫਲ ਹੈ ਕਿ ਜਿਹੜਾ ਅਸੀਂ ਅੱਜ ਆਨੰਦ ਲੈ ਰਹੇ ਹਾਂ ਜਾਂ ਲੋਕਾਂ ਨੂੰ ਸੇਵਾ ਦੇ ਰਹੇ ਹਾਂ। ਮੈਂ ਇਹਦਾ ਸਾਰਾ ਕ੍ਰੈਡਿਟ ਆਪਣੇ ਮੇਰੇ ਮਰਹੂਮ ਪਿਤਾ ਜੀ ਸ਼੍ਰੀ ਰਾਮਪਾਲ ਠੁਕਰਾਲ ਜੀ, ਆਪਣੀ ਮਾਤਾ ਜੀ ਅਤੇ ਇਸ ਇਲਾਕੇ ਦੇ ਲੋਕਾਂ ਨੂੰ ਦੇਵਾਂਗਾ, ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਅਸੀਂ ਇਸ ਮੁਕਾਮ 'ਤੇ ਪਹੁੰਚੇ। ਵੱਡਾ ਸਾਹਿਬ, ਤੁਹਾਡੀ ਧਰਮ ਪਤਨੀ ਜਿਹੜੀ ਕਿ ਸੇਵਾ ਦੀ ਪਹੁੰਚ ਬਣ ਕੇ ਔਲਾਦ ਦਿਨ ਦੀ ਪਰਵਾਹ ਕੀਤੇ ਬਿਨਾਂ ਜਿਹੜਾ ਹੈਗਾ ਇਸ ਹੋਸਪਿਟਲ ਦੇ ਵਿੱਚ ਆਪਣੀ ਸੇਵਾਵਾਂ ਦੇ ਰਹੀ ਹੈ, ਉਹਦੇ ਬਾਰੇ ਕੀ ਕਹਿੰਦੇ? ਉਹਦੀ ਦੇਣ ਜ਼ਿਆਦਾ ਜੀ ਮੇਰੇ ਨਾਲੋਂ, ਕਿਉਂਕਿ ਮੈਂ ਜਿਵੇਂ ਸਾਹਿਤ ਨਾਲ ਜੁੜਿਆ, ਸਿਨੇਮਾ ਨਾਲ ਜੁੜਿਆ, ਐਂਕਰਿੰਗ ਨਾਲ ਜੁੜਿਆ, ਅਤੇ ਮੈਂ ਜਦੋਂ ਵੀ ਮੈਨੂੰ ਮੌਕਾ ਮਿਲਦਾ ਮੈਂ ਇਹ ਮੌਕੇ ਛੱਡਦਾ ਨਹੀਂ। ਕੋਈ ਟੀ ਵੀ ਦਾ ਪ੍ਰੋਗਰਾਮ ਆ ਗਿਆ ਜਾਂ ਰੇਡੀਓ ਦਾ ਆ ਗਿਆ, ਮੈਂ ਚਲੇ ਜਾਣਾ, ਮੈਂ ਉਹਦੇ ਪਿੱਛੋਂ ਹੋਸਪਿਟਲ ਨਹੀਂ ਵੇਖਦਾ, ਮੈਂ ਚਲੇ ਜਾਣਾ। ਅਤੇ ਮੇਰੀ ਗੈਰ ਮੇਰੀ ਹਾਜ਼ਰੀ 'ਚ ਤਾਂ ਕੰਮ ਕਰਦੇ ਹੀ ਹੈ, ਮੇਰੀ ਗੈਰ ਹਾਜ਼ਰੀ ਵਿੱਚ ਵੀ ਉਹ ਆਪਦਾ ਰੋਲ ਬਖੂਬੀ ਨਹੀਂ ਨਿਭਾਉਂਦੇ ਆ, ਸਾਡੇ ਪੇਸ਼ੈਂਟ ਨੂੰ ਖਰਾਬ ਨਹੀਂ ਹੋਣ ਦਿੰਦੇ। ਨਹੀਂ ਤਾਂ ਆਮ ਤੌਰ 'ਤੇ ਵੇਖੀਦਾ ਕਿ ਡਾਕਟਰ ਜਦੋਂ ਐਬਸੈਂਟ ਹੋਵੇ ਤਾਂ ਉਹ ਹੋਸਪਿਟਲ ਸਟਾਫ ਦੇ ਸਿਰ 'ਤੇ ਹੁੰਦਾ, ਲੇਕਿਨ ਮੈਂ ਲੱਕੀ ਹਾਂ ਜਾਂ ਸਾਡਾ ਇਲਾਕੇ ਨੂੰ ਮੈਂ ਕਹਾਂਗਾ ਕਿ ਉਹ ਵੀ ਚਲੋ ਖੁਸ਼ ਨਸੀਬ ਹੈ ਕਿ ਮੇਰੀ ਐਬਸੈਂਸ ਵੀ ਇੱਕ ਡਾਕਟਰ ਇੱਥੇ ਅਵੇਲੇਬਲ ਹੈ। ਸੋ ਮੈਂ ਉਹਦਾ ਉਹਨੂੰ ਕ੍ਰੈਡਿਟ ਦਿੰਦਾ, ਧੰਨਵਾਦ ਕਰਦਾ। ਅਸਲ ਛੋਟੇ ਜਿਹੇ ਸ਼ਹਿਰ ਦੇ ਵਿੱਚ ਸਾਰੀਆਂ ਫੈਸਿਲਿਟੀਆਂ, ਜਿੱਦਾਂ ਅਸੀਂ ਦੇਖਿਆ ਤੁਹਾਡੇ ਹਰ ਤਰ੍ਹਾਂ ਦੇ ਨਾਲ ਫੀਮੇਲ ਵਾਰਡ, ਮੇਲ ਵਾਰਡ, ਔਰ ਉਹਦੇ ਨਾਲ ਨਾਲ ਓ ਪੀ ਡੀ, ਲੈਬੋਰਟਰੀ, ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਆ ਲੋਕਾਂ ਨੂੰ ਅਵੇਲੇਬਲ ਕਰਾ ਦਿਓ, ਉਹਦੇ ਬਾਰੇ ਕੀ ਹੈ? ਮੱਖੂ 'ਚ ਇੱਕ ਚੰਗੇ ਹੋਸਪਿਟਲ ਦੀ ਬੜੀ ਲੋੜ ਸੀ, ਨੋ ਡਾਊਟ। ਇੱਥੇ ਅੱਛੇ ਡਾਕਟਰ ਹੈ, ਅੱਛੇ ਹੋਸਪਿਟਲ ਹੈ, ਚੱਲ ਰਹੇ ਆਲਰੇਡੀ, ਪਰ ਜਦੋਂ ਅਸੀਂ ਉੱਧਰ ਪੁਰਾਣੀ ਕਲੀਨਿਕ 'ਤੇ ਬੈਠਦੇ ਸੀ, ਲੋਕ ਸਾਨੂੰ ਕਹਿੰਦੇ ਸੀ ਡਾਕਟਰ ਸਾਹਿਬ ਕਿ ਚੰਗਾ ਸੈਟਅਪ ਲਾਓ, ਅਤੇ ਮੈਂ ਇੱਕ ਬੜੇ ਸਧਾਰਨ ਜਿਹੇ ਪਰਿਵਾਰ ਨਾਲ, ਮੈਨੂੰ ਕੋਈ ਦੱਸਣ ਲੱਗੇ ਕੋਈ ਗੁਰੇਜ਼ ਨਹੀਂ, ਕੋਈ ਸੰਗ ਨਹੀਂ, ਮੈਂ ਇੱਕ ਸਧਾਰਨ ਜਿਹੇ ਪਰਿਵਾਰ ਨਾਲ ਸੰਬੰਧ ਰੱਖਦਾ। ਪੈਸਾ ਅੱਜ ਦੀ ਗੇ ਡੇਟ ਵਿੱਚ ਬੜੀ ਵੱਡੀ ਚੀਜ਼ ਬਣ ਗਈ ਹੈ, ਉਹ ਇੰਨਾ ਨਹੀਂ ਸੀ, ਫਿਰ ਮਿਹਨਤ ਨਾਲ ਹੌਲੀ ਵੀ ਅੱਗੇ ਆਏ, ਅਤੇ ਹੁਣ ਠੀਕ ਹੈ, ਹੁਣ ਅਸੀਂ ਸੰਤੁਸ਼ਟ ਹੈ ਵੀ ਉਹ ਜਿਹੜੀ ਚੀਜ਼ਾਂ ਇਹ ਮਿਹਨਤ ਨਾਲ ਹੀ ਆਈਆਂ ਜੀ, ਹੌਲੀ ਹੌਲੀ ਆਈਆਂ, ਹੌਲੀ ਹੌਲੀ ਆਈਆਂ, ਲੇਕਿਨ ਆਈਆਂ, ਇਹ ਜ਼ਰੂਰਤ ਸੀ ਇਸ ਇਲਾਕੇ ਦੇ ਲੋਕਾਂ ਦੀ। ਸਾਡੇ ਦਰਸ਼ਕਾਂ ਨੂੰ ਮੈਂ ਇੱਕ ਇਸ ਤੁਹਾਡੇ ਪੰਜਾਬ ਪਲੱਸ ਚੈਨਲ ਦਾ ਧੰਨਵਾਦ ਕਰਦਾ ਹੋਇਆ ਇਸ ਚੈਨਲ ਰਾਹੀਂ ਲੋਕਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਠੁਕਰਾਲ ਹੋਸਪਿਟਲ ਮੱਖੂ ਲੋਕਾਂ ਦੀ ਸੇਵਾ ਲਈ ਬਣਿਆ, ਲੋਕਾਂ ਦੇ ਸਹਿਯੋਗ ਨਾਲ ਬਣਿਆ, ਤੁਹਾਡਾ ਹੀ ਹੋਸਪਿਟਲ ਹੈ ਕਿ ਤੁਸੀਂ ਬਣਾਇਆ, ਤੁਹਾਨੂੰ 24 ਘੰਟੇ ਅਸੀਂ ਹਾਜ਼ਰ ਹਾਂ, ਐਮਰਜੈਂਸੀ ਰਾਤ ਨੂੰ ਵੀ ਹਾਜ਼ਰ ਹਾਂ, ਜਿੰਨੀ ਕੁ ਸਾਡੀ ਸਮਰੱਥਾ ਹੈ, ਜਿੰਨੇ ਕੁ ਅਸੀਂ ਲਾਇਕ ਹਾਂ, ਜਿੰਨਾ ਕੁ ਅਸੀਂ ਕਰ ਸਕਦੇ ਹਾਂ, ਉਹ ਸਭ ਹਾਜ਼ਰ ਹੈ। ਕਦੀ ਵੀ ਕਿਸੇ ਵੀ ਟਾਈਮ ਲੋੜ ਪਵੇ, ਪਰਮਾਤਮਾ ਤੁਹਾਨੂੰ ਸਭ ਨੂੰ ਤੰਦਰੁਸਤੀ ਦੇਵੇ, ਮੈਂ ਤਾਂ ਲਿਖ ਕੇ ਵੀ ਲਾਇਆ ਕਿ ਤੰਦਰੁਸਤੀ ਤੂੰ ਬਖਸ਼ਿਆ ਦਾਤਾ, ਕਿਸੇ ਨੂੰ ਰੋਗੀ ਰਹਿਣ ਨਾ ਦੇ, ਤੁਸੀਂ ਤੰਦਰੁਸਤ ਰਹੋ, ਲੰਬੀਆਂ ਉਮਰਾਂ ਜਿਉਂ। ਪਰ ਜੇ ਤੁਹਾਨੂੰ ਲੱਗੇ ਕਿਸੇ ਵੀ ਕਿਸਮ ਦੀ ਕੋਈ ਲੋੜ ਹੈ, ਕੋਈ ਹਾਰਟ ਨਾਲ ਸੰਬੰਧਿਤ, ਕੋਈ ਪੇਟ ਨਾਲ ਜਾਂ ਔਰਤਾਂ ਦੇ ਰੋਗਾਂ ਨਾਲ ਸੰਬੰਧਿਤ, ਤਾਂ ਕਿਰਪਾ ਕਰਕੇ ਬਿਨਾਂ ਸੰਕੋਚ, ਪੈਸਾ ਨਹੀਂ ਵੇਖਣਾ, ਸਮਾਂ ਨਹੀਂ ਵੇਖਣਾ, ਸੇਵਾ ਦਾ ਮੌਕਾ ਦਿਓ। ਅਸੀਂ ਤਨ ਮਨ ਧਨ ਨਾਲ ਸੰਗਤ ਲਈ, ਲੋਕਾਂ ਲਈ ਹਾਜ਼ਰ ਹਾਂ ਜੀ। ਧੰਨਵਾਦ। ਡਾਕਟਰ ਸੁਨੀਤਾ ਠੁਕਰਾਲ ਜੀ, ਸਾਨੂੰ ਦੱਸੋ ਕਿ ਠੁਕਰਾਲ ਹੋਸਪਿਟਲ ਜਿਹੜਾ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮੱਖੂ ਦੇ ਏਰੀਏ 'ਚ ਸੇਵਾਵਾਂ ਦੇ ਰਿਹਾ, ਕੀ ਫੈਸਿਲਿਟੀਆਂ ਤੁਸੀਂ ਔਰਤਾਂ ਦੇ ਲਈ ਇੱਥੇ ਮੁਹੱਈਆ ਕਰਾ ਰਹੇ ਹੋ? ਸਭ ਤੋਂ ਪਹਿਲਾਂ ਅਸੀਂ ਇੱਥੇ ਬੇਔਲਾਦ ਜੋੜੇ ਹਾਂ, ਇੱਥੇ ਬਿਨਾਂ ਆਈ ਵੀ ਐਫ ਤੋਂ, ਬਿਨਾਂ ਆਈ ਵੀ ਐਫ ਕਿਸੇ ਵੀ ਪ੍ਰੋਸੀਜਰ ਤੋਂ, ਜਿਹੜਾ ਮੈਂ ਸਕਸੈਸਫੁਲੀ ਉਹਨਾਂ ਨੂੰ ਟ੍ਰੀਟ ਵਿਦ ਮੈਡੀਸਿਨ, ਫਿਰ ਪੇਸ਼ੈਂਟ ਨੂੰ ਜਿਹੜਾ ਵਿਆ ਉਹ ਗਾਈਡ ਕਰਨਾ ਬਹੁਤ ਜ਼ਰੂਰੀ ਹੈ ਕਿ ਉਹਨਾਂ ਵਾਸਤੇ ਅੱਜ ਕੱਲ੍ਹ ਦੇ ਖਾਣ ਪੀਣ ਦਾ ਜਿਹੜਾ ਮਾਹੌਲ, ਔਰਗੈਨਿਕ ਜਿਹੜੇ ਵਿਆ ਖਾਦਾਂ, ਔਰਗੈਨਿਕ ਜਿਹੜੀ ਹੈ ਚੀਜ਼ਾਂ ਮਿਲਦੀਆਂ ਹੀ ਨਹੀਂ ਹੈ, ਖਾਦਾਂ ਵਾਲੀਆਂ ਚੀਜ਼ਾਂ ਖਾ ਖਾ ਕੇ ਇਨਫਰਟਿਲਿਟੀ ਦੇ ਪੇਸ਼ੈਂਟ ਬਹੁਤ ਜ਼ਿਆਦਾ ਵੱਧ ਰਹੇ, ਅਤੇ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਉਸ ਟੋਪਿਕ 'ਤੇ ਗਾਈਡ ਕੀਤਾ ਕਿ ਉਹਨਾਂ ਨੂੰ ਕੀ ਜਿਹੜਾ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ। ਫਿਰ ਇੱਥੇ ਭਾਰ ਪੈਣ ਦੀ ਸ਼ਿਕਾਇਤ ਦੀ ਮਰੀਜ਼ ਹੈ, ਕੋਈ ਪਾਣੀ ਪੈਣ ਦੀ ਸ਼ਿਕਾਇਤ ਦੀ ਮਰੀਜ਼ ਹੈ, ਕੋਈ ਇਸ ਔਰਤਾਂ ਦੀਆਂ ਸਾਰੀਆਂ ਬਿਮਾਰੀਆਂ ਦੇ ਇਲਾਜ ਇਲਾਜ
ਔਰਡਰ ਸਭ ਦੇ ਨਾਲ ਨਾਲ ਜਿੱਦਾਂ ਅੱਜ ਕੱਲ੍ਹ ਥੋੜ੍ਹਾ ਜਿਹਾ ਬ੍ਰੈਸਟ ਕੈਂਸਰ ਸਰਵਾਈਕਸ ਕੈਂਸਰ ਆ ਜਿਹੜੀ ਉਹ ਵੀ ਬਹੁਤ ਵੱਧ ਚੁੱਕੀ ਹੈ ਉਹਦੇ ਲਈ ਵੀ ਅਸੀਂ ਸੁਣਿਆ ਕਿ ਤੁਸੀਂ ਕਾਫੀ ਕਾਉਂਸਲਿੰਗ ਕਰਦੇ ਹੋ ਪੇਸ਼ੈਂਟਸ ਦੀ ਵੀ ਕਿੱਦਾਂ ਤੁਸੀਂ ਉਹਨਾਂ ਨੂੰ ਬਚਣਾ ਔਰ ਇੰਜੈਕਸ਼ਨ ਵਗੈਰਾ ਵੀ ਜਿਹੜੇ ਹੈਗੇ ਆ ਫ੍ਰੀ ਇੰਜੈਕਸ਼ਨਸ ਦਿੰਦੇ ਹੋ ਹਾਂਜੀ ਸਰ ਫ੍ਰੀ ਇੰਜੈਕਸ਼ਨਸ ਦਿੰਦੇ ਹਾਂ ਪਰ ਇਹ ਇੱਥੇ ਜਿਹੜੀ ਹੈ ਇਸ ਏਰੀਏ 'ਚ ਪਹਿਲਾਂ ਤਾਂ ਇਸ ਬਾਰੇ ਅਵੇਅਰਨੈਸ ਬਹੁਤ ਜ਼ਰੂਰੀ ਸੀ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਇਹਨਾਂ ਬਿਮਾਰੀਆਂ ਦੇ ਵੀ ਇੰਜੈਕਸ਼ਨ ਲੱਗਦੇ ਵੈਕਸੀਨੇਸ਼ਨ ਦੇ ਅਤੇ ਉਹ ਅਸੀਂ ਜਿਹੜਾ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕੀਤੀ ਕਿ ਉਹ ਇੰਜੈਕਸ਼ਨ ਲਵਾ ਕੇ ਆਪਣੇ ਆਪ ਨੂੰ ਕਿਸ ਤਰ੍ਹਾਂ ਆਪਣੀ ਆਉਣ ਵਾਲੀ ਜ਼ਿੰਦਗੀ ਜਿਹੜੀ ਆ ਉਹਨੂੰ ਸੇਫ ਕਰ ਸਕਦੇ ਕਿਉਂਕਿ ਅੱਜ ਕੱਲ੍ਹ ਕੈਂਸਰ ਦੇ ਮਰੀਜ਼ ਜਿਹੜੇ ਆ ਬਹੁਤ ਤੇਜ਼ੀ ਨਾਲ ਵੱਧ ਰਹੇ ਅਤੇ ਅਸੀਂ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਜਦੋਂ ਵੀ ਪੇਸ਼ੈਂਟ ਆਉਂਦਾ ਉਹਨੂੰ ਚਾਹੇ ਉਹ 20 ਦੀ ਏਜ ਤੋਂ ਬਾਅਦ ਜਿੰਨੇ ਵੀ ਪੇਸ਼ੈਂਟ ਸਭ ਨੂੰ ਗਾਈਡ ਕਰਦੇ ਹਾਂ ਕਿ ਤੁਸੀਂ ਇੰਜੈਕਸ਼ਨ ਲਗਾਓ ਅਤੇ ਪੇਸ਼ੈਂਟ ਨੂੰ ਅਵੇਅਰਨੈਸ ਦਿੰਦੇ ਹਾਂ ਬ੍ਰੈਸਟ ਕੈਂਸਰ ਤੋਂ ਜਾਂ ਸਰਵਾਈਕਲ ਕੈਂਸਰ ਤੋਂ ਕਿਵੇਂ ਬਚਿਆ ਐਜ਼ ਫਾਰ ਐਜ਼ ਮਾਡਰਨ ਪ੍ਰੈਗਨੈਂਸੀਜ਼ ਆਰ ਕੰਸਰਨ ਬਹੁਤ ਔਖੀਆਂ ਹੋ ਗਈਆਂ ਪ੍ਰੈਗਨੈਂਸੀਆਂ ਜਿਹੜੀਆਂ ਪਹਿਲਾਂ ਤਾਂ ਲੋਕ ਕਣਕ ਧੋਂਦੇ ਧੋਂਦੇ ਬੱਚੇ ਜਨਮ ਦਿੰਦੇ ਸੀ ਲੇਕਿਨ ਅੱਜ ਕੱਲ੍ਹ ਬੜੇ ਪੈਕਟ ਬੱਚੇ ਬੜੀ ਔਖਿਆ ਹੀ ਇਹਦੇ ਨਾਲ ਔਰ ਲੜਕੀਆਂ 'ਚ ਵੀ ਜਾਣ ਹੈਗੀ ਕੀ ਕਹਿਣਾ ਚਾਹੁੰਦੇ ਸਭ ਤੋਂ ਵੱਡਾ ਕਾਰਨ ਇਹਦਾ ਹੈਗਾ ਜਿਹੜੀ ਜੋ ਵੀ ਚੀਜ਼ ਅਸੀਂ ਖਾਂਦੇ ਹਾਂ ਉਹ ਸਾਰੀ ਖਾਦਾਂ ਵਾਲੀ ਮੈਂ ਪਹਿਲਾਂ ਵੀ ਇਹੀ ਗੱਲ ਕੀਤੀ ਜੇ ਅੱਜ ਕੱਲ੍ਹ ਦੁੱਧ ਆ ਉਹ ਵੀ ਪਿਓਰ ਨਹੀਂ ਅਤੇ ਜੋ ਅਸੀਂ ਖਾ ਰਹੇ ਹਾਂ ਸਾਡੀ ਬੋਡੀ 'ਤੇ ਉਹਦਾ ਅਸਰ ਇਫੈਕਟ ਕਰ ਰਿਹਾ ਕਿਉਂਕਿ ਅੱਜ ਤੋਂ ਤੁਸੀਂ 10-15 ਸਾਲ ਪਿੱਛੇ ਚਲ ਜਾਓ ਕੋਈ ਇਨਫਰਟੀਲਿਟੀ ਦੇ ਪੇਸ਼ੈਂਟ ਜ਼ਿਆਦਾ ਨਹੀਂ ਸੀ ਕੋਈ ਸਿਜ਼ੇਰੀਅਨ ਜ਼ਿਆਦਾ ਨਹੀਂ ਹੁੰਦੇ ਸੀ ਪਰ ਅੱਜ ਕੱਲ੍ਹ ਜਿਹੜਾ ਮੈਂ ਉਹ ਜਿਹੜੇ ਵੀ ਪੇਸ਼ੈਂਟਸ ਹੁੰਦੇ ਆ ਉਹ ਕਹਿੰਦੇ ਸਿਜ਼ੇਰੀਅਨ ਜ਼ਿਆਦਾ ਬੈਟਰ ਆ ਕਿਉਂਕਿ ਉਹ ਟੋਲਰੇਟ ਹੀ ਨਹੀਂ ਕਰ ਸਕਦੇ ਨਾ ਪੇਨਸ ਟੋਲਰੇਟ ਕਰਦੇ ਨਾ ਰਿਸਕ ਲੈਣਾ ਚਾਹੁੰਦੇ ਕਿਉਂਕਿ ਇੱਕ ਇੱਕ ਦੋ ਦੋ ਬੱਚੇ ਲੈਣੇ ਉਹ ਸਾਰੇ ਜਿਹੜੇ ਆ ਬੱਚੇ ਪ੍ਰੈਸ਼ੀਅਸ ਪ੍ਰੈਗਨੈਂਸੀਜ਼ ਹੁੰਦੀਆਂ ਅਤੇ ਪੇਸ਼ੈਂਟ ਨੂੰ ਜਿਹੜਾ ਵਾ ਕੋਈ ਗਾਈਡ ਨਹੀਂ ਕੀਤਾ ਜਾਂਦਾ ਕਿ ਸਾਡੀ ਸਾਨੂੰ ਚਾਹੀਦਾ ਕਿ ਅਸੀਂ ਔਰਗੈਨਿਕ ਖੇਤੀ ਵੱਲ ਜ਼ਿਆਦਾ ਧਿਆਨ ਦੇਈਏ ਅਤੇ ਲੋਕਾਂ ਨੂੰ ਇਹ ਪਤਾ ਲੱਗੇ ਕਿ ਇਹਨਾਂ ਚੀਜ਼ਾਂ ਦਾ ਸਾਡੀ ਬੋਡੀ 'ਤੇ ਕਿੰਨਾ ਬੁਰਾ ਇਫੈਕਟ ਪੈ ਰਿਹਾ ਜਿਹੜੇ ਅਸੀਂ ਫਰਟੀਲਾਈਜ਼ਰ ਜਾਂ ਜੋ ਵੀ ਯੂਜ਼ ਕਰਦੇ ਦੱਸੋ ਮਾਡਰਨ ਲਿਵਿੰਗ ਸਟਾਈਲ ਜਿਹੜਾ ਜਿਸ ਦੇ ਵਿੱਚ ਸੀਡੇਟਿਵ ਹੋ ਗਿਆ ਹੈਗਾ ਔਰ ਜੰਕ ਫੂਡਸ ਹੋ ਗਏ ਹੈਗੇ ਆ ਕਿ ਇਹ ਵੀ ਰਿਸਪੋਂਸੀਬਲ ਆ ਜਿਹਦੇ ਨਾਲ ਅੱਜ ਕੱਲ੍ਹ ਆਪਣਾ ਦੇਖਦੇ ਹਾਂ ਕਿ PCOD ਦੀ ਜਿਹੜੀ ਕਾਫੀ ਵਿਸ਼ਮ ਹਾਂਜੀ ਹਾਂਜੀ ਸਰ ਜਿਹੜਾ ਸੈਡੈਂਟਰੀ ਲਾਈਫ ਸਟਾਈਲ ਹੈ ਅਸੀਂ ਅੱਗੇ ਲੋਕ ਵਰਕ ਕਰਦੇ ਸੀ ਬੋਡੀ ਐਕਸਰਸਾਈਜ਼ ਕਰਦੀ ਸੀ ਉਹਦੇ ਨਾਲ ਸਟੇਬਿਲਿਟੀ ਬਣੀ ਰਹਿੰਦੀ ਸੀ ਬੋਡੀ ਅੱਜ ਜੰਕ ਫੂਡ ਖਾਣਾ ਐਕਸਰਸਾਈਜ਼ ਹੁੰਦੀ ਨਹੀਂ ਹੈ ਜਿੱਥੇ ਬੈਠੇ ਬੱਚੇ ਉੱਥੇ ਬੈਠੇ ਰਹਿ ਜਾਂਦੇ ਆ ਇਹ ਨਹੀਂ ਹੈ ਕਿ ਯੰਗ ਵਾਂਗ ਛੋਟੇ ਬੱਚੇ ਵੀ ਅਸੀਂ ਆਪ ਹੀ ਆਦਤਾਂ ਉਵੇਂ ਪਾ ਦਿੰਦੇ ਟੀ ਵੀ ਲਗਾਤਾਰ ਬੈਠਦੇ ਹਾਂ ਕਹਿੰਦੇ ਹਾਂ ਕੋਈ ਨਹੀਂ ਅਸੀਂ ਕੰਮ ਕਰ ਲੈਂਦੇ ਅੱਧਾ ਘੰਟਾ ਬੱਚਾ ਆਰਾਮ ਨਾਲ ਬੈਠਾ ਰਹੇ ਪਰ ਉਹ ਗਲਤ ਹੈ ਉਹ ਆਪ ਆਦਤ ਪਾਉਂਦੇ ਜਦੋਂ ਛੋਟੇ ਹੁੰਦੇ ਆ ਤੋਂ ਆਦਤ ਪਾ ਦੀ ਗਾਂਹ ਬੱਚੇ ਜਿਹੜੇ ਜਦੋਂ ਵੱਡੇ ਹੁੰਦੇ ਆ ਫਿਰ ਉਹਨਾਂ ਨੂੰ ਉਵੇਂ ਆਦਤਾਂ ਜਿਹੜੀਆਂ ਬਣ ਜਾਂਦੀਆਂ ਇਹੀ ਜਿਹੜੀਆਂ ਕਾਰਨ ਹੈਗੇ ਆ ਕਿ ਅੱਗੋਂ ਜਾ ਕੇ ਪ੍ਰੋਬਲਮਸ ਹੋਣੀਆਂ ਵੱਧਦੀਆਂ ਦੱਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਬ੍ਰੀਫਿੰਗ 'ਚ ਸਮਾਂ ਦਿੱਤਾ ਅਸੀਂ ਚਾਹਾਂਗੇ ਕਿ ਸਮੇਂ ਸਮੇਂ ਸਿਰ ਅਸੀਂ ਤੁਹਾਡੇ ਜਿਹੜੇ ਯੂਜ਼ਫੁੱਲ ਟਿਪਸ ਆ ਲੋਕਾਂ ਸਾਡੇ ਜਿਹੜੇ ਤੁਹਾਡਾ ਧੰਨਵਾਦ ਥੈਂਕ ਯੂ ਸਰ